ਹਾਂਜੀ ਕਿਸਾਨ ਵੀਰੋ, ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਪਹੁੰਚਿਆ ਦੋਸਤੋ ਪਿੰਡ ਸੁਰ ਸਿੰਘ ਭੁੱਲਰ ਡੇਅਰੀ ਫਾਰਮ ਤੇ ਵੀਰ ਸੰਦੀਪ ਸਿੰਘ ਹੋਣਾਂ ਦੇ ਕੋਲ। ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ, ਪਸ਼ੂ ਵਪਾਰ ਦਾ ਕਿੱਤਾ ਵੀਰ ਸੰਦੀਪ ਸਿੰਘ ਹੋਣਾਂ ਦਾ, ਤੇ ਪਸ਼ੂ ਦੋਸਤੋ ਡੇਲੀ ਰੂਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਵਿਕਰੀ ਵਾਲੇ। ਅੱਜ ਇਸ ਕਵਰੇਜ ਵਿੱਚ, ਇਸ ਵੀਡੀਓ ਦੇ ਵਿੱਚ ਟੋਟਲ 4 ਪਸ਼ੂ ਤੁਹਾਨੂੰ ਦਿਖਾਉਣੇ ਆ, ਜਿਨ੍ਹਾਂ ਦੇ ਵਿੱਚੋਂ 3 ਵੈੜਾਂ, 2 ਵੜਾ ਗੱਭਣ ਤਿਆਰੀ ਵਾਲੇ ਪਸ਼ੂ ਆ ਤੇ 1 ਵੈੜ ਸੂਈ ਆ, ਤੇ ਜਿਹੜੀ ਇੱਕ ਦੋਸਤੋ ਲਾਸਟ ਵਿੱਚ ਤੁਹਾਨੂੰ ਮੱਝ ਦਿਖਾਉਣੀ ਆ ਆਪਾਂ, ਬੂਰੀ ਮੱਝ ਆ। ਸੋ ਬੂਰੀ ਮੱਝ ਵੀ ਬਿਲਕੁਲ ਸੂਈ ਸਵਾਈ ਆ, ਇਸ ਕਰਕੇ ਪਸ਼ੂ 2 ਸੂਏ ਆ ਤੇ 2 ਹੀ ਗੱਭਣ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ। ਸੋ ਪੂਰੀ ਡਿਟੇਲ ਸੰਦੀਪ ਸਿੰਘ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ, ਤੇ ਪੂਰੀ ਵੀਡੀਓ ਮੇਰਾ ਵੀਰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ। ਬੱਚਾ ਲੈ ਕੇ ਬੰਦੀ ਜੀ, ਬੂਰੀ ਮੱਝ ਇਹ ਜਿਹੜੀ ਦੋਸਤੋ ਤੁਸੀਂ ਦੇਖ ਰਹੇ ਜੀ, ਆਪਾਂ ਲਾਸਟ ਦੇ ਵਿੱਚ ਤੁਹਾਨੂੰ ਦਿਖਾ ਦਾਂਗੇ। ਸੋ ਪੂਰੀ ਡਿਟੇਲ, ਪੂਰੀ ਜਾਣਕਾਰੀ ਤੁਹਾਨੂੰ ਮਿਲੂਗੀ ਤੇ ਇਕੱਲੇ ਇਕੱਲੇ ਨਗਦੀ, ਠੀਕ ਆ ਜੀ। ਸੋ ਬਾਕੀ ਮੇਰਾ ਵੀਰ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਆ ਕਰੋ, ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਕਵਰੇਜ ਇਹ ਪਹੁੰਚ ਸਕੇ। ਤੇ ਸਟਾਰਟਿੰਗ ਇੱਕ ਸ਼ੁਰੂਆਤ ਜਿਹੜੀ ਆ ਆਪਾਂ ਇਸ ਵੈੜ ਤੋਂ ਕਰਾਂਗੇ, ਠੀਕ ਆ ਜੀ। ਕਰੋਸ ਅੰਗ ਦੇ ਵਿੱਚ ਵੈੜ ਆ, ਸੋ ਬਹੁਤ ਖੂਬਸੂਰਤ ਚੰਗੀ ਵੈੜ, ਠੰਡੀ ਧੀਰੀ ਮਿੱਠੀ ਤੇ ਗੱਭਣ ਤਿਆਰੀ ਵਾਲੀ ਆ, ਠੀਕ ਆ ਜੀ। ਦਿਨ ਹਜੇ ਲੈਂਦੀ ਆ, ਬਾਕੀ ਸਮਾਂ ਸੰਦੀਪ ਸਿੰਘ ਤੋਂ ਪੁੱਛ ਲੈਂਦੇ ਆ। ਅੱਜ ਤਰੀਕ ਦੋਸਤੋ 12 ਸਤੰਬਰ ਤੇ ਸਮਾਂ ਕੋਈ ਸ਼ਾਮ ਦੇ 5 ਵਜੇ ਦਾ। ਆਓ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਵੀਰ ਸੰਦੀਪ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ, ਠੀਕ ਠਾਕ ਜੀ ਮਹਾਰਾਜ ਜੀ? ਸਤਿ ਸ੍ਰੀ ਅਕਾਲ ਮਹਾਰਾਜ, ਠੀਕ ਠਾਕ ਵਧੀਆ, ਬਹੁਤ ਵਧੀਆ ਜੀ ਆਇਆਂ ਜੀ ਮਹਾਰਾਜ ਜੀ। ਲਾ ਵੀਰ ਸੰਦੀਪ, ਆਈ ਚਲੀ ਚੱਲੀ ਜਾਂਦੀ ਇਸੇ ਤਰ੍ਹਾਂ ਪਸ਼ੂ, ਬੜੀ ਕਿਰਪਾ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ, ਠੀਕ ਹੈ ਜੀ। ਆਈ ਜਾਂਦੇ ਜੀ, ਜਾਈ ਜਾਂਦੇ ਜੀ, ਆਈ ਜਾਂਦੇ ਜਾਈ ਜਾਂਦੇ ਆ। ਹਾਂਜੀ ਮਾਲ ਆਈ ਜਾਂਦਾ ਜਾਈ ਜਾਂਦਾ, ਚਲੋ ਬਹੁਤ ਵਧੀਆ ਜੀ, ਆਈ ਜਾਂਦੇ। ਬਾਕੀ ਤੁਸੀਂ ਵੀ ਆਉਂਦੇ ਜਾਂਦੇ ਰਹੋ, ਅਸੀਂ ਜਾਣੇ ਆ, ਠੀਕ ਆ ਠੀਕ। ਤੁਹਾਡੇ ਬਿਨਾਂ ਅਸੀਂ ਕਾਹਦੇ ਜੋਗੇ ਆ ਤੇ ਸਾਡੇ ਬਿਨਾਂ ਤੁਸੀਂ ਕਾਹਦੇ ਜੋਗੇ ਜੀ, ਇੱਕ ਦੂਜੇ ਨਾਲ ਰਲ ਮਿਲ ਕੇ। ਹਾਂਜੀ 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 ਹਾਂਜੀ। ਅੱਛਾ ਸੰਦੀਪ, ਅੱਜ ਆਪਣੇ ਕੋਲ ਜਿਵੇਂ ਆਪਾਂ ਜ਼ਿਕਰ ਕੀਤਾ, ਟੋਟਲ 4 ਨਾ ਕੇ 3 ਵਹਿੜਾ ਤੇ 1 ਮੱਝ। ਹਾਂਜੀ ਸੰਤੂ ਸਾਹਿਬ ਜੀ, ਇੱਕ ਬੂਰੀ ਮੱਝ ਆਪਣੇ ਕੋਲ, ਉਹ ਵੀ ਤਾਜ਼ੀ ਸੂਈ ਹੈ। 3 ਆਪਣੇ ਕੋਲ ਵਹਿੜਾ, 2 ਵਹਿੜਾ ਗੱਭਣਾ ਤੇ 1 ਵਹਿੜ ਰਾਤ ਦੀ ਸੂਈ ਹੈ ਜੀ, ਠੀਕ ਆ। ਹਾਂਜੀ 1 ਵਹਿੜ ਤੇ ਤਿਆਰੀ ਜੀ, ਬਿਲਕੁਲ ਸ਼ਾਇਦ ਛੋਟੀ ਘੰਟੇ ਡੇਢ ਘੰਟੇ ਤੱਕ ਸੂਪੇ, ਠੀਕ। ਆਹ ਵੱਡੀ ਵਹਿੜ ਦੀ ਜਿਹੜੀ ਡਿਟੇਲ ਆਪਾਂ ਦੇਣ ਲੱਗੇ, ਇਹ ਅਜੇ ਗੱਭਣਾ, ਲਓ ਜੀ ਇਹ ਸਮਾਂ ਲੈ ਜੂ। ਸੋ ਗੱਭਣ ਵਹਿੜਾ ਦੋਸਤੋ ਸ਼ੁਰੂਆਤ ਆਪਾਂ ਇਸੇ ਤੋਂ ਕਰ ਲੈਨੇ। ਇਹ ਕ੍ਰੋਸ ਅੰਗ ਆ ਗਿਆ ਨਾ ਸਦੀਪ? ਹਾਂਜੀ ਕ੍ਰੋਸ ਚ ਆ ਗਈ ਸੰਤ ਸਾਹਿਬ, ਠੀਕ ਆ ਜੀ। ਨਾਲ ਗਰਲੈਂਡੋ ਦਾ ਹੈਗਾ ਕ੍ਰੋਸ? ਹਾਂ ਗਰਲੈਂਡੋ ਦਾ ਕ੍ਰੋਸ ਆ ਗਿਆ, ਗਰਲੈਂਡੋ ਦਾ ਐਚ ਆਫ ਗਰਲੈਂਡੋ ਦਾ ਕ੍ਰੋਸ ਆ ਗਿਆ ਜੀ। ਲਓ ਦੱਸੋ ਬਾਕੀ ਕ੍ਰੋਸ ਅੰਗ ਦੇ ਵਿੱਚ ਆ ਤੇ ਸੰਦੀਪ ਸੁਭਾ ਕਿਵੇਂ ਸੂਰੀ? ਦੂਜਾ ਸੁਭਾ ਸੁਣੀ ਸੰਤੂ ਸਾਹਿਬ ਜੀ, ਆਪਾਂ ਨੂੰ ਘਰ ਆਣ ਦੱਸਿਆ, ਬਾਕੀ ਅਗਲਾ ਆਪਦੀ ਸਮਝ ਲਾਵੇ, ਬਾਕੀ ਵਸੀ ਪਲੀ ਜੁੜੀ ਬੜੀ ਜੇ। ਲਓ ਜੀ ਪਲੀ ਸੰਭੀ ਦੋਸਤੋ, ਤੁਸੀਂ ਵੇਖੋ ਜੰਪਲ ਪੂਰੀ ਆ, ਆ ਕਰੋ ਚੱਕ ਠੰਡੀ ਧੀਰੀ ਬੜੀ ਹੈ, ਠੀਕ ਆ ਜੀ। ਲੜ ਦੋੜ ਕਰਨੀ ਹੈ ਨੇਵੇਂ ਦੇ ਵਿੱਚ, ਸੋ ਧੀਰਾ ਬਣ ਤੁਸੀਂ ਆ ਕਰ ਲਓ ਚੈੱਕ, ਠੀਕ ਆ। ਸੋ ਜਿਹੜੇ ਬੰਨੇ ਉਹ ਮਰਜ਼ੀ ਮੇਰਾ ਵੀਰ, ਆਪਣੀ ਤਸੱਲੀ ਕਰੀ ਚਲੋ। ਤੇ ਦਿਨ ਲੈਂਦੀ ਆ, 8 ਲੈ ਜੇ, 7 ਲੈ ਜੇ, ਬਣੂਗੀ ਪੂਰਾ। ਹਜੇ ਚੱਡਾ ਚੁੱਡਾ ਜੇਕਰ ਆਪਾਂ ਗੱਲ ਕਰੀਏ ਤੇ 50% ਹੀ ਬਣਿਆ, ਠੀਕ ਆ। ਹਾਂਜੀ ਹਾਂਜੀ, ਸੋ ਉਮੀਦ ਕਰਦੇ ਆ ਵੀ ਲੜ ਦੋੜ ਕਾਫੀ ਜ਼ਿਆਦਾ। ਸੰਤੂ ਸਾਹਿਬ ਚਲੋ, ਜਿਹੜੇ ਵੀਰਾਂ ਦੇ ਲਈ ਉਹਨਾਂ ਦੇ ਆਪਾਂ ਨੂੰ 20-22 ਕਿਲੋ ਦਾ ਰਿਕਾਰਡ ਪਹਿਲੇ ਸੂਏ ਦਾ ਦੱਸਿਆ ਵੀ ਅਸੀਂ ਪਿਆ, ਬਾਕੀ ਅਗਲਾ ਆਪਦੀ ਸਮਝ ਨਾ ਲਵੇ ਕਿ ਨਹੀਂ। ਹੁਣ ਦੂਜਣ ਦੂਜਾ ਸੂਆ ਦੱਸਿਆ ਜੀ, ਨਾ ਦੂਜੇ ਸੂਏ ਆ, ਠੀਕ ਆ ਜੀ। ਸੈਕੰਡ ਟਾਈਮਰ ਆ ਦੂਜਾ ਸੂਆ, ਤੇ ਆ ਫੇਸ ਕੁਆਲਿਟੀ ਵੇਖੋ, ਠੀਕ ਆ ਜੀ। ਆ ਦੇਖੋ ਤਾਂ ਪੂਰੀ ਜੰਮੀ ਪਲੀ ਫੁੱਲ ਵਜਨ ਲੋਡ ਦੇ ਵਿੱਚ ਆ, ਠੀਕ ਆ। ਹਾਈਟ ਵੀ ਜਿਹੜੀ ਵੱਡੀਆਂ ਬੈੜਾਂ ਦੇ ਵਿੱਚ ਆਪਾਂ ਇਹਦੀ ਗਿਣਤੀ ਕਰ ਸਕਦੇ ਆ, ਤੇ ਬਿਲਕੁਲ ਤੁਸੀਂ ਜਿਹੜਾ ਦੋਸਤੋ ਨਿੱਗਰਪੁਣਾ ਵੇਖੋ ਕਰਮਾਲੀ ਨੂੰ, ਵਜਨ ਵੱਟਾ ਬੜਾ ਜੀ, ਫੁੱਲ ਵਜਨ ਵੱਟਾ, ਠੀਕ ਆ। ਤੇ ਠੰਡੀ ਧੀਰਾਪਣ ਵੀ ਬਹੁਤ ਆ, ਇਹ ਨਹੀਂ ਹੈਗਾ ਵੀ ਜੇ ਉੱਪਰੋਂ ਦੋਸਤੋ ਪਸ਼ੂ ਨਿੱਗਰ ਤੇ ਜ਼ਿਆਦਾ ਕੋਈ ਅੜੀ ਜੀ ਕਰਦਾ, ਬਿਲਕੁਲ ਤੋਰਾ ਤਾਰਾ ਵੀ ਚੰਗਾ ਤੇ ਠੰਡੀ ਧੀਰੀ ਸੀਲਸ ਆਊਗਾ। ਸੰਤੂ ਸਾਹਿਬ ਜੋੜ ਜਾੜ ਵੇਖੋ ਕਿੱਡੇ ਮੋਟੇ ਲੱਗੇ ਖੁਚ ਖਾਚ ਵਾਲੇ। ਹਾਂ ਆਹ ਦੇਖੋ ਜੀ, ਠੀਕ ਆ ਜੀ, ਗੋਲ ਗੱਲ ਵੇਖੋ ਤੁਸੀਂ, ਥਣ ਬਹੁਤ ਵਧੀਆ, ਅਜੇ ਜਿਵੇਂ ਜਿਵੇਂ ਲੇਵਾ ਭਰਿਆ ਦੋਸਤੋ, ਥਣ ਦੀ ਸ਼ੇਪ ਤੁਸੀਂ ਵੇਖੋਗੇ ਬਹੁਤ ਵਧੀਆ, ਮੁੱਠੀ ਮੁੱਠੀ ਰੋਗ ਰੋਗ ਥਣ ਜਿਹੜਾ ਨਿਕਲਣਾ। ਬਾਕੀ ਜਿਹੜੀ ਸੈਂਟਰ ਦੇ ਵਿੱਚ ਦੋਸਤੋ ਬੱਚੀ ਗਈਆਂ ਆ, 2 ਲੱਗੀਆਂ, 1 ਬੈਕ ਸਾਈਡ, 1 ਬਿਲਕੁਲ ਬਹਿਣੀ ਵਾਲੀ ਸਾਈਡ ਤੇ, ਬਿਲਕੁਲ ਸੈਂਟਰ ਦੇ ਵਿੱਚ ਆ, ਠੀਕ ਆ ਜੀ। ਸੋ ਇਹਦਾ ਮਤਲਬ ਨਹੀਂ, ਮੋਸਟਲੀ ਕਈ ਵੈੜਾਂ ਦੇ ਚਲੋ ਆਪਾਂ ਵੇਖਦੇ ਹਾਂ, ਤੇ ਫਿਲਹਾਲ ਜਿਹੜੇ 4 ਥਣ ਆ ਮੋਟੇ ਥਣ, ਗੁੱਲ ਗੱਲ ਬਹੁਤ ਕਾਇਮ ਆ। ਸੋ ਹਵਾਨੇ ਦੀ ਬਣਤਰ ਵੀ ਜਿਹੜੀ ਆ ਅੱਗੋਂ ਸਟਾਰਟ ਹੋ ਕੇ ਤੇ ਬੈਕ ਸਾਈਡ ਨੂੰ ਦੋਸਤੋ ਸੂ ਨਾਲ ਲੇਵਾ ਟੱਚ ਕਰੂਗਾ।
ਵੀ ਇਹੋ ਜਿਹੀ ਸ਼ੇਪ ਬਣਾ ਕੇ ਤਿਆਰ ਕਰੂਗੀ। ਠੀਕ ਆ, ਪੱਛੀ ਬਹੁਤ ਜ਼ਿਆਦਾ ਚੰਗੀ ਸੰਧੂ ਸਾਹਿਬ, ਪਲੀ ਪਲੀਤੀ ਬਹੁਤ ਆ। ਹਾਂਜੀ ਹਾਂਜੀ, ਤੁਸੀਂ ਵੀਡੀਓ ਦੇ ਵਿੱਚ ਵੇਖ ਕੇ ਤੁਹਾਨੂੰ ਇੱਕ ਅੰਦਾਜ਼ਾ ਹੋ ਹੀ ਜਾਣਾ ਕਿ ਪਲੀ ਜਮੀ ਚੰਗੀ ਆ। ਹੈ ਵੀ ਵੱਡੀ ਆ, ਵੈੜਾ ਛੱਡ ਵਾਲੀ ਆ। ਹਾਂਜੀ, ਬੰਨ ਦਈਏ ਵੀਰ ਜੀ। ਲਿਆਓ ਵੀਰ ਸੰਦੀਪ। ਹਾਂਜੀ, ਬੰਨ ਲਓ ਜੀ, ਬੰਨ ਲਓ। ਦੋਸਤੋ ਬਾਕੀ ਰਹੀ ਗੱਲ ਤਿੱਪਣ ਤਪਾਉਣ ਦੀ, ਆਪਦੀ ਪੂਰੀ ਤਸੱਲੀ ਕਰਕੇ ਲੈ ਸੰਧੂ ਸਾਹਿਬ, ਜਿੰਨੇ ਡੇਲੀ ਰੂਟੀਨ ਦੇ ਵਿੱਚ ਕੰਮ ਆ ਵਪਾਰ ਦਾ, ਜਿੰਨੇ ਖੜਨੀ ਆਪਦੀ ਤਸੱਲੀ ਕਰਕੇ ਖੜੇ। ਆਪਾਂ 80 ਨਹੀਂ ਕਰਨਾ, 90 ਨਹੀਂ ਕਰਨਾ, ਐਵੇਂ ਭਾਵੇਂ ਕਰ ਨੂੰ ਕਰ ਵੀ ਲਈਏ, ਆਪਾਂ ਜਾਇਜ਼ ਮੁੱਲ ਬਿਲਕੁਲ ਕਰਨਾ ਜੀ। ਮੁੱਲ ਕਰਦੇ ਸੰਧੂ ਸਾਹਿਬ 75,000 ਰੁਪਇਆ। 70,000 ਦੀ ਜਾਣ ਦੀ ਮੈਂ ਦੇਣਾ ਵੱਡੀ ਬੱਚੀ ਹੈ ਜੀ। ਦੇ ਦਈਏ ਫਿਰ ਉਹ ਢਿੱਲ ਦੇ ਦਈਏ ਜੀ। ਆਹੋ, 67,000 ਦੀ ਜਾਣ ਦੀ ਫਿਰ। ਅੱਛਾ ਜੀ, ਉਹ ਢਿੱਲ ਜੀ, ਐਂ ਨਾ ਕਰੀਏ ਫਿਰ ਹੁਣ 2,000 5,500 ਕਰਕੇ ਜੀ, ਇੱਕੇ ਵਾਰੀ ਰਾਹ ਸਿਰ ਦੇ ਦਈਏ 65,000 ਦੇ ਸੰਧੂ ਸਾਹਿਬ ਦੇ ਦਈਏ। 65,000 ਦੀ ਦੋਸਤੋ ਇਹ ਹਾਂ ਨਾ ਜਿਹੜੀ ਤੁਹਾਨੂੰ ਮਿਲ ਜੂਗੀ, ਤੇ ਬਾਕੀ ਵਜਨ ਲੋਡ ਪੂਰਾ ਥੱਲਿਓ ਵੀ ਕਰਮਾਂ ਲਈ ਪੂਰੀ ਖੁੱਲੂਗੀ। ਇਹ ਨਹੀਂ ਹੈਗਾ ਵੀ ਐਡਾ ਝੋਲ ਤਾਂ ਪੂਰੀ ਭਰ ਕੇ ਲੇਵਾ ਦੋਸਤੋ, ਫਿਰ ਸੋਹਣੀ ਹੈ ਜੇ 8-7 ਦਿਨ। ਸੋ ਜਿੰਨੇ ਦਿਨ ਵੀ ਲੈ ਜੇ ਪਸ਼ੂ ਉਨੇ ਦਿਨ ਹੀ ਚੰਗਾ ਇਹਦੇ ਲਈ। ਠੀਕ ਆ, ਉੱਪਰੋਂ ਵੀ ਤੁਸੀਂ ਵੇਖੋ ਬਿਲਕੁਲ ਚੌੜੀ ਪਿੱਠ ਪੁੜੇ ਦੀ। ਇੱਧਰ ਇੱਕ ਸੈਕਿੰਡ ਨੰਬਰ ਤੇ ਤੁਹਾਨੂੰ ਦਿਖਾਉਣੇ ਆ, ਆਹ ਵੇਖੋ ਜੀ ਬਹੁਤ ਠੰਡੀ ਘੇਰੀ ਸੰਧੂ ਸਾਹਿਬ ਇਹ ਵੀ। ਇੱਕ ਵਾਰ ਵੇਖੋ ਤੇ 1000 ਵਾਰ ਵੇਖੋ ਹੈ। ਆਹ ਵੇਖੋ ਸੰਦੀਪ, ਮੈਂ ਨਾ ਸੰਧੂ ਸਾਹਿਬ ਇਸ ਤਰ੍ਹਾਂ ਹੀ ਤੇ ਆਹ ਵੇਖੋ, ਆਹ ਕਰੋ ਚੈੱਕ ਜੀ, ਕੋਈ ਲੱਤ ਮਾਰਨ ਦਾ ਮਤਲਬ ਨਹੀਂ, ਵੇਖੋ ਪਿੱਛੇ ਹੋ ਗਏ ਮੇਰੇ ਨਾਲ ਬੈਠੇ ਆ। ਠੰਡੀ ਧੀਰੀ ਆ, ਸੇਲ ਸਾਊ ਆ, ਤੇ ਬਾਕੀ ਆ ਥਣ ਵੇਖ ਵੀਰ ਬਿਲਕੁਲ ਜਿਹੜਾ ਟੱਚ ਕਰਕੇ ਦਿਖਾ ਰਿਹਾ, ਕਿਸੇ ਰਕਮ ਦਾ ਦੋਸਤੋ ਕੋਈ ਔਲ ਨਹੀਂ, ਕੁਛ ਔਲ ਨਹੀਂ ਗਿਆ। ਕਰੋ ਚੈੱਕ ਅਗਲੇ ਪਿਛਲੇ ਤਰ੍ਹਾਂ ਜਿਹੜੀ ਬਿਲਕੁਲ ਤਪਾਈ, ਆਹ ਦੇਖੋ ਜੀ ਉਂਗਲ ਉਂਗਲ ਜਿਹੜੀ ਧਾਰ ਮੋਟੀ ਆ, ਤੇ ਬਾਕੀ ਚੰਗੀ ਉਮੀਦ ਹੈ। ਗੱਬਣ ਜਿਹੜੀ ਵੈੜ ਤੁਹਾਨੂੰ ਆਪਾਂ ਦਿਖਾ ਰਹੇ ਨੇ, ਗੱਬਣ ਵੱਛੀ ਨੇ ਸੋਨਾ ਤਿਆਰੀ ਆ ਸੰਧੂ ਸਾਹਿਬ, ਅੱਜ ਸੂਬੇ ਸਵੇਰੇ ਸੂਬੇ ਬਿਲਕੁਲ ਤਿਆਰੀ ਆ। ਸੰਦੀਪ ਸੂਬਾ ਇਹਦਾ ਵੀ ਦੂਜਾ ਹੀ, ਦੂਜਾ ਸੂਬਾ ਵੱਛੀ ਦਾ ਜੀ। ਲਓ ਜੀ, ਦੂਜਾ ਹੀ ਸੂਬਾ ਤੇ ਦਰਮਿਆਨੀ ਹਾਈਟ ਆ ਮੇਰੇ ਵੀਰੋ, ਜਿਵੇਂ ਆਪਾਂ ਇੱਕ ਜਰਸੀ ਬਰੀਡ ਦੀਆਂ ਵੈੜਾਂ ਦੇਖਦੇ ਆ ਓਡੀ ਹਾਈਟ ਆ, ਪਰ ਇਹ ਚੰਗੀ ਆ ਜੀ, ਰਾਹ ਵੀ ਚੰਗੀ ਆ, ਪਲੀ ਜਮੀ ਚੰਗੀ ਆ। ਹੋਰ ਕੀ ਵੀਰ ਜੀ, ਉਹ ਤੁਸੀਂ ਆ ਵੇਖ ਕੇ ਤੁਹਾਨੂੰ ਅੰਦਾਜ਼ਾ ਹੋਈ ਜਾਣਾ, ਜਦੋਂ ਪੁੱਠੇ ਵਾਲੀ ਸਾਈਡ ਤੋਂ ਦੋਸਤੋ ਕੋਈ ਠੀਕ ਆ ਖੁੱਡਿਆਂ ਖਾਡਿਆਂ ਤੋਂ ਆਪਾਂ ਨੂੰ ਹੱਡ ਹੀ ਨਹੀਂ ਦਿਖਾਈ ਦਿੰਦਾ ਹੈਗਾ, ਤਾਂ ਬਿਲਕੁਲ ਗੁੰਦੀ ਪਈ ਹੈ ਕਰਮਾਂ ਦੀ। ਠੀਕ ਆ ਜੀ, ਗੋਲ ਸਰਾਣਿਆਂ ਵਰਗੀ ਆ। ਆਹ ਕਰੋ ਚੈੱਕ, ਦੂਜਾ ਸੂਬਾ ਤੇ ਪੂਰੀ ਜੰਮੀ ਪਲੀ ਬੇਰਬੂਲ ਸਪੈਸ਼ਲ ਆ, ਹਾਈਟ ਦਰਮਿਆਨੀ ਆ। ਠੀਕ ਆ, ਤੇ ਚੱਡੇ ਚੁੱਡੇ ਦੀ ਵੀ ਪੂਰੀ ਖਬਰਦਾਰ ਆ ਸੰਦੀਪ, ਜਿਹੜੀ ਆਪਾਂ ਪਿਛਲੀ ਵੀਡੀਓ ਚ ਪਾਈ ਸੀ ਹਵਾਨੇ ਚੱਡੇ ਦੀ, ਬੜੀ ਵੱਡੀ ਸੀ ਵੈੜ। ਹਾਂਜੀ, ਉਹ ਤਾਂ ਮੈਨੂੰ ਤਾਂ ਪਹਿਲੀਆਂ ਦੀ ਸੌਦਾ ਸੀ ਸਾਹਿਬ, ਮੈਂ 2 ਮਿੰਟ ਵੀ ਨਹੀਂ ਲੱਗੇ ਜੀ। ਹਾਂ, ਤੁਸੀਂ ਆ ਗਏ ਛੋੜ ਪਾ ਕੇ, ਸੋਰ ਸਿੰਘ ਨਹੀਂ ਗਏ ਤੇ ਮੱਛੀ ਉਸੇ ਵੇਲੇ, ਮੈਨੂੰ ਲੱਗਦਾ ਵੀ ਇਹ ਕਰਮਾਂ ਲਈ ਉਹ ਤੋਂ ਵੀ ਜ਼ਿਆਦੀ ਨਾ ਬਣ ਜਾਏਗੀ, ਮੈਂ ਨਾ ਮੱਛੀ ਉਸੇ ਵੇਲੇ ਮਹਮੂਦਪੁਰੇ ਚੱਲ ਗਈ ਹੈ ਜੀ। ਅੱਛਾ, ਸੰਦੀਪ ਸਾਹਿਬ ਉਹ ਤੋਂ ਜ਼ਿਆਦੀ ਬਣਨੀ ਹੈ ਥਲਿਓ, ਮੈਂ ਕਿਹਾ ਅੰਦਾਜ਼ਾ ਲਾ ਰਿਹਾ ਵੀ ਸਮਾਂ ਤਕਰੀਬਨ ਅਜੇ ਨਾਲੇ ਨੂੰ ਮਾੜੇ ਕਰਦੀ, ਪਰ ਫਿੱਸੀ ਫੁੱਸੀ ਨਹੀਂ। ਹਾਂਜੀ, ਬਾਕੀ ਥੱਲਿਓ ਚੰਗੀ ਆ। ਲਓ ਜੀ, ਦਿਨ ਦੋਸਤੋ ਕੱਢਦੀ ਆ, ਤੇ ਥੱਲਿਓ ਤੁਸੀਂ ਵੇਖੋ ਖਾਣ ਕੋਲ ਬਾਕੀ ਸੰਧੂ ਸਾਹਿਬ ਕਿੱਡਾ ਚੰਗਾ ਲੱਗਾ ਜਨਮ ਵਜੂਦ ਆ। ਠੀਕ ਆ ਜੀ, ਓਡਾ ਕਿ ਥੱਲਿਓ ਚੱਡਾ ਬਣਾ ਕੇ ਤਿਆਰ ਕਰੀ ਖੜੀ ਆ, ਆਹ ਦੇਖਿਓ। ਠੀਕ ਆ ਜੀ, ਸੋ ਸੱਜੀ ਖੱਬੀ ਬਹਿਣੀ ਵਾਲੀ ਸਾਈਡ ਤੋਂ ਤੁਸੀਂ ਥਣ ਵੇਖੋ, ਸੋ ਸਪੇਸ ਵੰਡ ਕਰੋ ਚੈੱਕ। ਠੀਕ ਆ, ਬੜਾ ਥਣ ਚੰਗਾ ਲੱਗਾ, ਦੂਰ ਦੂਰ ਤੇ ਥਣ ਲੱਗਾ ਸੰਧੂ। ਬਾਕੀ ਤਪਾਈ ਤਪੂਈ ਕਰਕੇ ਆਪਾਂ ਤੁਹਾਨੂੰ ਦਿਖਾਈ ਦਿੱਤੀ ਆ, ਬਿਲਕੁਲ ਇੱਕੋ ਜਿਹਾ ਬੌਲਾ ਭੰਨੀ ਬੈਠੀ ਆ। ਠੀਕ ਆ ਜੀ, ਇੱਕੋ ਜਿਹਾ ਨੀਰਾ, ਠੰਡੀ ਧੀਰੀ ਬਿਲਕੁਲ ਆ। ਆਹ ਕਰੋ ਚੈੱਕ, ਸੋ ਬਿਲਕੁਲ ਮੁੱਠੀ ਮੁੱਠੀ ਥਣ ਆ ਸੰਧੂ ਸਾਹਿਬ ਆਪਣੇ ਤਾਂ ਵਛੀ, ਜਿਹੜਾ ਮਰਜ਼ੀ ਕੋਈ ਲੈ ਜਾਵੇ ਵੀਰ, ਵੰਗਾ ਪਾਉਣ ਦੀ ਲੋੜ ਬਣਾ ਪਊਗੀ। ਇਹ ਦੇ ਦਾਂਗੇ ਕਿੰਨੇ ਦੀ ਭਰਾ ਸੰਧੂ ਸਾਹਿਬ? ਮੁੱਲ ਕਰਨ ਦਾ ਭਾਵੇਂ 50-60 ਕਰੀ ਜਾਈਏ, 52,000 ਦੀ ਦੇ ਦਈਏ ਜੀ। 52,000 ਦੀ? ਹਾਂਜੀ, ਨੇ ਦਰਮਿਆਨੀ ਹਾਈਟ ਆ, ਕਰ ਦਈਏ ਮਾਨ ਤਨ ਖੁੱਲਾ, 2-50 ਦੀ ਦੇ ਦਾਂਗੇ ਸੰਧੂ ਸਾਹਿਬ। 48 ਦੀ? 48 ਦੀ? ਹਾਂਜੀ, ਉਹਦੇ 'ਚ ਵੀ ਥੋੜਾ ਬਹੁਤਾ ਪ੍ਰੇਮ ਮੁਹੱਬਤ ਨਾਲ, ਜਿਵੇਂ 1,000 ਰੁਪਇਆ ਫਿਰ ਛੋੜ ਕਰ ਦਿੰਦੇ ਹੋਰ ਡੱਬਾ ਡੁੱਬਾ ਮਠਿਆਈ ਵੀਰ ਲੈ ਕੇ ਜਾਵੇ ਡੋਰ ਨਾਲ, 47,000 ਦੀ ਦੇ ਦਾਂਗੇ ਜੀ। ਚਾਹ ਬੜਾ ਹੁੰਦਾ ਯਾਰ। ਠੀਕ ਹੈ ਸੰਧੂ ਸਾਹਿਬ, 47 ਦੀ ਜਾਂਦੀ ਹੈ ਜੀ? ਹਾਂ, 47 ਦੀ ਜਾਂਦੀ। ਠੀਕ ਹੈ ਜੀ, ਬੱਚੀ ਬਹੁਤ ਚੰਗੀ ਆ, ਬਾਕੀ ਬੱਚੀ 55,000 ਦੀ ਆ। ਲਓ ਜੀ, 47,000 ਦੀ ਮਿਲੂਗੀ ਦੋਸਤੋ। ਠੀਕ ਆ, ਆਪਾਂ ਨੂੰ ਨਾ ਕਰੀ ਕਰਨੀ, ਬਿਲਕੁਲ ਮੁਕੰਮਲ ਕਰੀ ਖੜੀ ਆ। ਅੱਜ ਸੂਪੇ ਲੈ ਜੇ 2 ਦਿਨ, ਲੈ ਜੇ 4 ਦਿਨ, ਲੈ ਜੇ 3, ਅੱਜ ਭਲਕ ਵੀ ਸੂਪੇ ਹੈ, ਬਾਕੀ ਵਹਿੜਾ ਸੰਧੂ ਸਾਹਿਬ ਤਿਆਰੀ ਆ। ਠੀਕ ਆ, ਤੇ ਪਣ ਵਹਿੜਾ। ਠੀਕ ਆ ਜੀ, ਵਹਿੜ ਪਣ ਆ,
ਤੇ ਕੋਈ ਜ਼ਿਆਦਾ ਸੂਬਿਆਂ ਦੇ ਵਿੱਚ ਨਹੀਂ, ਬਾਕੀ ਹੈ ਨਿੱਗਰਾ। ਠੀਕ ਹੈ ਜੀ। ਇੱਧਰੋਂ ਇੱਕ ਦੋਸਤੋ ਤੀਜੇ ਨੰਬਰ 'ਤੇ ਆਪਾਂ ਤੁਹਾਨੂੰ ਬਿਲਕੁਲ ਜਿਹੜੀ ਸੂਈ ਸਵਾਈ ਇੱਕ ਵੈੜ ਹੋਰ ਦਿਖਾ ਦਿੰਦੇ ਹਾਂ ਕ੍ਰੋਸ ਅੰਗ ਦੇ ਵਿੱਚ ਆ, ਕਿਤੇ ਨਾ ਕਿਤੇ ਕੋਈ ਜਰਸੀ ਜਰਸੀ ਕਰਾਉ ਜਾ ਆ ਗਏ ਸੰਧੂ ਸਾਹਿਬ। ਲੈ ਵੀ ਸੰਦੀਪ ਇਹਦਾ ਸੂਬਾ ਤੇ ਦਿਨ ਕਿੰਨੇ ਹੋ ਗਏ ਆ ਸੰਧੂ ਸਾਹਿਬ? ਚਲੋ ਉਹਨਾਂ ਦੂਜਾ ਆਖਿਆ ਤੀਜਾ ਸੂਬਾ ਮੰਗਦੇ ਕਿ ਮੰਨ ਕੇ ਸੌਦਾ ਕਰੇ ਜਿਹੜੇ ਵੀਰ ਨੇ ਕਰਨਾ, ਤੀਜਾ ਕ ਮੰਨ ਲਈ ਕੋਈ? ਹਾਂਜੀ, ਤੀਜਾ ਮੰਨ ਕੇ ਸੌਦਾ ਕਰੇ ਆਪਣੇ ਨਾਲ ਸੂਈ। ਇਹ ਰਾਤ ਹੀ ਸੂਈ ਆ ਜੀ, ਆਪਾਂ ਹੁਣੇ ਸੌਦਾ ਕਰਕੇ ਲੈ ਕੇ ਆਏ ਆਪਾਂ ਨੂੰ, ਤੇ ਯਾਨੀ ਕਿ 2 ਘੰਟੇ ਹੋਏ ਸੰਧੂ ਸਾਹਿਬ। ਅੱਛਾ ਜੀ। ਹਾਂ, ਉੱਥੇ ਚੋ ਕੇ ਲਿਆਂਦੀ ਹੈ, ਬਾਕੀ ਅਜੇ ਭਲਾ ਭੁਣਾ ਜਾਂ ਬੱਚੀ। ਇਹ ਰਾਤ ਹੀ ਸੂਈ? ਹਾਂ, ਇਹ ਰਾਤ ਦੀ ਸੂਈ, ਬਾਕੀ ਭਲਾ ਭੁਣਾ ਜਾਂ ਸਵਾਈ ਚੂਈ ਵੇਖੋ ਆ ਕਿਤਨਾ ਕਰਨੀ ਆ ਜੀ। ਹਾਂ ਦੋਸਤੋ, ਬਾਕੀ ਇੱਕ ਗੱਲ ਆ ਵੀ ਤੁਹਾਨੂੰ ਮਹਿਸੂਸ ਹੋਊਗਾ ਵੀ ਜਿਵੇਂ ਥੋੜਾ ਛੋਟਾ, ਬਾਕੀ ਆ ਵੇਖੋ ਜ਼ਿਆਦਾ ਮਤਲਬ ਕਿ ਚੱਪਾ ਹੁੰਦਾ ਵੀ 4 ਉਂਗਲਾਂ ਹੁੰਦੀਆਂ ਤੇ 4 ਉਂਗਲਾਂ ਦੇ ਵਿੱਚੋਂ ਜੇਕਰ ਗੱਲ ਕਰੀਏ ਤਾਂ 3 ਉਂਗਲਾਂ ਦੇ ਨਾਲ ਪੂਰੀ ਨਪਾਈ ਹੁੰਦੀ ਆ ਵੇਖੋ, ਤੇ ਹਜੇ ਭਲ ਫੁਲ ਹੈਗੀ ਆ ਸੰਧੂ ਸਾਹਿਬ। ਭਾਲਿਆ ਚਵਾਈ ਇਤਰਾ ਹੱਥ ਨਹੀਂ ਹੁੰਦੀ ਆ ਵੇਖੋ, ਚਵਾਈ ਜਿਹੜੀ ਇਸੇ ਤਰ੍ਹਾਂ ਹੱਥੀ ਤੁਸੀਂ ਕਰੋਗੇ, ਬਾਕੀ ਭਾਲਾ ਜਿਹੜੀ ਗੱਲ ਦੱਸਣ ਵਾਲੀ ਠੀਕ ਹੈ ਜੀ, ਦੂਰੋਂ ਭਾਲਾ ਵੇਖੋ ਜੇ ਦੂਰੋਂ ਆਉਣਾ ਕਿਸੇ ਨੇ ਇੱਧਰ ਭਾਲ ਕੱਚੀ ਭਾਲਿਆ ਬਿਲਕੁਲ, ਇੱਧਰੋਂ ਵੇਖੋ ਇੱਧਰ ਵੀ ਦੋ ਪਾਸੇ ਰਾਤ ਦੀ ਸੂਈ, ਬਾਕੀ ਚੂਣ ਚਾਣ ਚੰਗੀ ਸੰਧੂ ਸਾਹਿਬ ਬਹੁਤ ਜ਼ਿਆਦਾ ਨਿਕਲੀ ਆ। ਹੁਣ ਆਪਾਂ 3-3.5 ਕਿਲੋ ਚੋ ਕੇ ਵੜ ਜਾਂਦੀ ਹੈ, ਮਗਰ ਬੱਚਾ ਕੀ ਆ ਗਿਆ ਸਦੀ? ਮਗਰ ਬੱਚਾ ਆ ਗਿਆ ਜੀ, ਮਗਰ ਬੱਚਾ ਕਰੋਚਾ ਕੇ ਨਾੜੂਆ ਨਾਲ ਬੱਚੇ ਦੇ। ਹਾਂਜੀ, ਆ ਕਰੋ ਚੱਕ ਜੀ। ਅੱਜ ਕੱਲ ਰਾਤ ਤੇ ਸਵੇਰ ਚਵਾਈ ਹੋਈ? ਹਾਂਜੀ ਹਾਂਜੀ, ਠੀਕ ਹੈ ਜੀ। ਆਪਾਂ ਨੇ ਉਹਨੇ ਅਜੇ ਘੰਟਾ ਦਵਾ ਲੈ ਗਏ ਆ ਜੀ, ਇਤਰਾ ਆਈ ਅੱਜ ਹੀ ਦੋਸਤੋ, ਕਿਤੇ ਨਾ ਕਿਤੇ ਪਸ਼ੂ ਲੇਟ ਕਸੇਟ ਆਇਆ, ਇਸ ਕਰਕੇ ਚਵਾਈ ਥੋੜੀ ਜੀ ਕਈ ਨਾਲ ਲੇਟ ਕਸੇਟ, ਕੋਈ 1 ਕਿਲੋ 2 ਕਿਲੋ 4 ਕਿਲੋ 3 ਕਿਲੋ ਭਰਾ ਕੇ ਵੇਖੀ ਹੋਣੀ। ਕੱਢੀ ਆ ਸੰਧੂ ਸਾਹਿਬ, ਉਤਨਾ ਆਪਾਂ ਲਿਆਉਣੇ ਪੀ ਜਾਣੇ, ਬਾਕੀ ਫਿਰ ਵੀ ਕੱਚੇ ਲਿਵਾ ਲਈ ਹਰਦੀ ਕਰਮ ਵਾਲੀ ਤੇ ਬਿਲਕੁਲ ਪੋਲੀ ਪਾਲਾ। ਠੀਕ ਹੈ ਜੀ, ਹਾਂ ਕੋਈ ਉਹੋ ਜੀ ਗੱਲ ਨਹੀਂ, ਥਾਂ ਥੋਂ ਵੀ ਚੰਗਾ। ਹਾਂ ਵੇਖੋ, ਕੋਈ ਵੀ ਰੇ ਨਾ ਆਖੇ, ਕਿਉਂਕਿ ਬਿਲਕੁਲ ਭਰੂਣ ਆ, ਆ ਭਰੂਣ ਨਹੀਂ ਆ, ਭਰੂਣ ਥੱਲੇ ਆ, ਮਾੜੀ ਮਾੜੀ ਆ ਥੱਲੇ ਥੱਲੇ ਥਾਣਾ ਦੇ ਨਾਲ ਉਹ ਜਦੋਂ ਲੱਗੇ ਸੰਧੂ ਸਾਹਿਬ, ਹੋਰ ਚਵਾਈ ਵਧੀਆ ਹੋਊਗੀ ਬੈਠ ਦੀ। ਬਿਲਕੁਲ ਜੀ, ਬਹੁਤ ਸਰ ਚੰਗੀ ਉਮੀਦ ਕਰਦੇ ਆ। ਚਲੋ ਪਸ਼ੂ ਹਰ ਇੱਕ ਵੀਰ ਨੂੰ ਸੁਹੰਡਣਾ ਤੇ ਬਿਲਕੁਲ ਅਗੇ ਲੈਣੀਆਂ ਕਰੇ, ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਤੋਰ ਕੇ ਦਿਖਾਉਣੇ ਆ ਤੇਜਾ ਸੂਆ ਤੇ ਸੂਈ ਆ। ਠੀਕ ਆ ਜੀ, ਤੋ ਮਗਰ ਬੱਚਾ ਮੇਲ ਕਾਫ ਤੁਹਾਨੂੰ ਨੋਟ ਕਰਾ ਹੀ ਦਿੱਤਾ। ਸੋ ਬਾਕੀ ਇੱਕ ਵਾਰੀ ਸੂ ਸੁਭਾਅ ਚ ਆਈ ਆ। ਠੀਕ ਆ ਜੀ, ਤੇ ਅੱਜ ਦੂਜਾ ਦੇਣਾ ਕਰਮਾਲੀ ਨੂੰ, ਰਾਤ ਹੀ ਸੂਈ ਆ। ਬਾਕੀ ਰੰਗ ਰੁੰਗ ਸੰਧੂ ਸਾਹਿਬ ਚੰਗਾ ਪਲੇਨ ਆ ਬੱਚੀ, ਜਿੰਨੀ ਹੈਗੀ ਸ਼ਾਹੀ ਸ਼ੂਈ ਚੰਗੀ ਆ ਬੱਚੀ ਦੀ। ਠੀਕ ਆ ਜੀ, ਰਹੀ ਗੱਲ ਭਰਾਵੋ ਕੱਦ ਕਾਠ ਦੀ, ਕੱਦ ਮੀਡੀਅਮ ਜੀ ਹਾਈਟ ਮੰਨ ਕੇ ਕੋਈ ਸੌਦਾ ਕਰ ਲਈ ਵੀਰ, ਇੱਕ ਦਰਮਿਆਨੀ ਹਾਈਟ ਹੁੰਦੀ ਆ ਵੀ ਬਿਲਕੁਲ ਸਮੱਦਰ ਜੀ, ਇਹ ਮੀਡੀਅਮ ਹਾਈਟ ਦੇ ਵਿੱਚ ਆ। ਠੀਕ ਆ, ਤੇ ਬਾਕੀ ਹੈ ਵੀ ਜਰਸੀ ਕ੍ਰੋਸ ਅੰਗ ਦੇ ਵਿੱਚ ਆ, ਮੂੰਹ ਮੱਥੇ ਦੀ ਜਾਂ ਬੋਦੀ ਵਾਲੀ ਜਾਂ ਫੇਸ ਕੁਆਲਿਟੀ ਤੋਂ ਆਪਾਂ ਦੇਖੀਏ, ਤੇ ਫਰੰਟ ਜਿਹੜਾ ਤੁਸੀਂ ਵੇਖੋਗੇ ਤੇ ਜਰਸੀ ਦੇ ਵਿੱਚ ਕ੍ਰੋਸ ਆ, ਜਰਸੀ ਜਮਦਾ ਜੀ ਆ। ਠੀਕ ਆ ਜੀ, ਆ ਕਰੋ ਜੀ। ਠੀਕ ਆ, ਸੋ ਬਲੈਕ ਜਰਸੀ ਦੇ ਵਿੱਚ ਕ੍ਰੋਸ ਅੰਗ। ਸੋ ਥਣ ਦੇਵੇ ਦੀ ਵੀ ਪੂਰੀ ਖਬਰਦਾਰ ਆ ਕਰਮ ਵਾਲੀ, ਸੋ ਜਿਵੇਂ ਜਿਵੇਂ ਬੌਲੇ ਤੋਂ ਚਵਾਈਆਂ ਹੋਈਆਂ ਦੁੱਧ ਤੇ ਆਈ। ਠੀਕ ਆ ਜੀ, ਸੋ ਚਵਾ ਚੰਗਾ ਕਰਾ ਦੂਗੀ ਕਰਮ ਵਾਲੀ ਮਗਰ ਬੱਛਾ। ਬਾਕੀ ਗੱਲ ਜਿਹੜੀ ਆ ਮੁੱਕਦੀ ਆ ਰੇਟ ਪੜਤੇ ਦਾ, ਰੇਟ ਆਪਾਂ ਤੁਹਾਨੂੰ ਪੁੱਛ ਕੇ ਦੱਸ ਦਿੰਦੇ ਹਾਂ ਵੀ ਕਿੰਨੇ ਕੁ ਦੀ ਜਿਹੜੀ ਇਹ ਤੁਹਾਨੂੰ ਮਿਲੂਗੀ। ਹਾਂ ਨਾ ਸੰਦੀਪ, ਕੀ ਮੁੱਲ ਕੀ ਡਿਮਾਂਡ ਸੰਧੂ ਸਾਹਿਬ? ਆਪਾਂ 50 ਨਹੀਂ ਕਰਨਾ, 55 ਨਹੀਂ ਕਰਨਾ, ਆਪਾਂ ਬਿਲਕੁਲ ਜਾਇਜ਼ ਹੀ ਜਾਣਦੇ ਅੱਜ ਬੱਚੀ। ਅੱਛਾ ਜੀ, ਚਲੋ ਆਪਾਂ ਨੂੰ ਵੀ ਜੇ 2 ਰੁਪਈਏ ਦੇ ਗਈ, 1000-2000 ਤੇ ਆਪਾਂ ਜਾਣਦੇ ਨਹੀਂ, ਆਪਾਂ ਰੱਖ ਕੇ ਕਰਨੀ। ਚਲੋ ਵੀਰ ਭਰਾ ਸਾਂਭ ਲਓ ਕੋਈ। ਹਾਂਜੀ ਹਾਂਜੀ, ਤੇ ਸੰਧੂ ਸਾਹਿਬ ਮੁੱਲ ਕਰਦੇ 45,000 ਰੁਪਇਆ। ਅੱਛਾ ਜੀ, ਤੇ 40,000 ਦੀ ਦੇ ਦਈਏ ਜੀ। 40,000 ਦੀ? ਹਾਂ 40 ਦੀ ਦੇ ਦਈਏ। ਹੋਰ ਵੀ ਹੋ ਜੂਗੀ ਲੈਸ ਤੇ ਕਰ ਦਈਏ। ਕਰ ਦਈਏ ਫਿਰ ਮਾਨਤਾਨ ਜੇ ਆਦੇ ਬੜਾ ਕਰੋ, ਹੋਰ 1000 ਛੋਟ ਕਰ ਦੇਣੇ। ਹੋਰ ਦੱਸੋ ਕੋਈ ਜੀ ਹੁਣ? ਠੀਕ, 39 ਦੀ? 39 ਦੀ ਜਾਣ ਦਿਓ ਲਓ ਜੀ। ਬਾਕੀ ਸੰਧੂ ਸਾਹਿਬ ਮੈਨੂੰ ਨਹੀਂ ਮਿਲਦੀ ਇਹਦੇ ਨਾਲ ਦੀ ਬੈਠ ਬਾਹਰੋਂ। ਹਾਂ ਚੰਗੀ ਆ ਬੱਚੀ, ਜਿੰਨੀ ਹੈਗੀ ਜਦੋਂ ਭਲਾ ਭੁਣਾ ਉਤਰ ਗਿਆ ਨਜ਼ਾਰੇ ਬੰਨ ਛੱਡਣੇ ਨੇ, ਦੁੱਧ 14-15 ਕਿਲੋ ਕੱਢੀ ਜਾਣਾ। ਬਿਲਕੁਲ ਜੀ, ਬਿਲਕੁਲ, ਆਪਾਂ 20 ਕਿਲੋ ਜਾਣੇ ਨੀਗੇ। 39,000 ਦੀ ਭਰਾਵੋ ਜਿਹੜੀ ਇਹ ਤੁਹਾਨੂੰ ਮਿਲ ਜੂਗੀ। ਪੂਰੀ ਤਾਂ ਬੱਚਾ ਲਿਆ 40। ਇੱਧਰ ਇੱਕ ਲਾਸਟ ਵਿੱਚ ਆਪਾਂ ਤੋਹਫਾ ਦਿਖਾਉਣੇ ਆ ਤੁਹਾਨੂੰ, ਪੂਰੀ ਬਿੱਲੀ ਮਣਕੀ ਅੱਖ ਮੱਥੇ ਬੱਲ, ਆ ਕਰੋ ਚੈੱਕ ਜੀ। ਲੈ ਵੀ ਸੰਦੀਪ ਇਹ ਸੂਈ ਆ ਵੀਰ? ਸੂਈ ਆ ਸੰਧੂ ਸਾਹਿਬ, ਮਗਰ ਕੀ ਆ ਪਰਸੋਂ ਦੀ ਸੂਈ ਆ ਤੇ ਮਗਰ ਕਟਾ ਆ ਗਿਆ ਜੀ। ਪੂਰਾ ਹੀ ਕਟਾ? ਪੂਰਾ ਹੀ ਕਟਾ ਆ ਗਿਆ, ਪਰਸੋਂ ਦੀ ਸੂਈ ਆ। ਲਓ ਜੀ ਪੂਰਾ ਕਟਾ ਕਰੋ ਚੈੱਕ। ਸੋ ਥੋੜਾ ਜਿਹਾ ਨਾੜੂਆ ਜਿਹੜਾ ਦੋਸਤੋ ਬੱਚੇ ਦੇ ਧੁਨ ਦੇ ਨਾਲ ਲੱਗਾ, ਨਾੜੂਆ ਥੋੜਾ ਜਿਹਾ ਦਿਖਾਈ ਦਊਗਾ ਤੁਹਾਨੂੰ, ਮਗਰ ਕੱਟਾ ਪੂਰਾ ਪਰਸੋਂ ਦੀ ਸੂਈ, ਅੱਜ ਤੀਜਾ ਦਿਨ ਚੋਣ ਚਾਣ ਬਿਲਕੁਲ ਸਾਫ ਹੈ। ਬਾਕੀ ਬੋਲੇ ਤੇ ਕੀ ਸਥਿਤੀ ਆ? ਬੋਲੇ ਤੇ 7-8 ਕਿਲੋ ਹੋਊਗਾ, 8 ਕਿਲੋ ਮੰਨ ਕੇ ਚੱਲੋ। 8 ਕਿਲੋ? ਹਾਂਜੀ।
ਐਵੇਂ ਆਪਾਂ 10 ਕਿਲੋ ਕਹਿ ਦਈਏ ਮੁੜ ਕੇ ਉਹ ਗੱਲ ਚੰਗੀ ਨਹੀਂ ਸੰਧੂ ਸਾਹਿਬ ਅਗਲੇ ਦੇ ਘਰ ਜਾਵੇ ਨੇ। ਲਓ ਜੀ 8 ਕਿਲੋ ਬੋਲਾ, 8 ਕਿਲੋ ਬੋਲਾ ਹੋਊਗਾ ਜੀ। 8 ਕਿਲੋ ਬੋਲਾ ਪਰਸੋਂ ਸ਼ਾਮੀ ਸੋਈ ਆ, ਚੰਗੀ ਆ ਮਈ ਜਿੰਨੀ ਹੈਗੀ ਤੇ ਚੋਣ ਚਵਾਉਣ ਚੰਗੀ ਆਈ, ਇੱਕ ਨੰਬਰ ਸੰਧੂ ਸਾਹਿਬ ਇੱਕ ਨੰਬਰ। ਲਓ ਜੀ ਭਾਰਾ ਮਾਰ ਕੇ ਵਿਖਾ ਦਾਂਗੇ ਆਪਾਂ। ਚੋਣ ਚਵਾਉਣ ਜਿਹੜੀ ਦੋਸਤੋ ਚੰਗੀ ਨਿਕਲੀ ਆ, ਇੱਕ ਵਾਰੀ ਤੁਹਾਨੂੰ ਆਪਾਂ ਥੋੜਾ ਲੱਗ ਗਿਓ ਜਿਹੜਾ ਥਣ ਦਿਖਾ ਦਈਏ। ਸੋ ਥਣ ਜਿਹੜਾ ਦੋਸਤੋ ਥੋੜਾ ਜੂਮ ਕਰਕੇ ਆਪਾਂ ਕਿਤੇ ਨਾ ਕਿਤੇ ਤੁਹਾਨੂੰ ਦਿਖਾਈ ਦਾ ਵੀ ਜਿਹੜਾ ਨੇੜਿਓਂ ਪਤਾ ਲੱਗ ਜੇ ਵੀ ਕਿੱਡਾ ਕੀ ਸ਼ੇਪ ਆ ਥਣ ਦੀ, ਕੁਝ ਥਾਣਾ ਜਾਂ ਛੋਟਾ ਕੋਈ, ਆਹ ਵੇਖੋ ਸਪੇਸ ਵੰਡ, ਠੀਕ ਹੈ ਜੀ। ਤੇ ਪਰਸੋਂ ਦੀ ਸੂਈ 8 ਕਿਲੋ ਬੋਲਾ ਬੂਰੀ। ਸੋ ਕਾਫੀ ਵੀਰ ਮੱਝਾਂ ਦੀ ਡਿਮਾਂਡ ਕਰਦੇ ਰਹੇ ਤੇ ਬੂਰੀ ਬੂਰੀ ਮੱਝ ਜਿਹੜੀ ਦੋਸਤੋ ਇਹ ਤੁਹਾਡੇ ਸਾਹਮਣੇ ਪੇਸ਼ ਆ। ਇੱਕ ਅੱਖ ਬਿੱਲੀ ਮਣਕੀ ਹੈ ਤੇ ਇੱਕ ਦੇ ਵਿੱਚ ਜਵਾਬ ਆ, ਠੀਕ ਆ ਜੀ। ਸਿੰਘ ਉੱਚਾ ਖੁੱਲਾ, ਬਾਡਾ ਬੂਟਾ ਪੂਰਾ ਵੱਡਾ, ਠੀਕ ਆ ਜੀ, ਕੋਈ ਛੋਟੀ ਨਹੀਂ ਗੀ, ਲੰਬੀ ਪੂਰੀ ਆ, ਉੱਚੀ ਪੂਰੀ ਆ, ਠੀਕ ਆ ਜੀ। ਥਣ ਵੀ ਚੰਗਾ ਲੱਗਾ ਸੰਧੂ ਸਾਹਿਬ ਜਿੰਨਾ ਹੈਗਾ ਤੇ ਬੂਰੀ ਆ, ਕਿਤੇ ਨਾ ਕਿਤੇ ਨੀਲੀ ਦਾ ਪੱਖ ਵੀ ਆ, ਚਾਹੇ ਵੀਰ ਕੋਈ ਪੰਜ ਕਲਿਆਣੀ ਸਮਝ ਲੇ ਚਾਰੇ ਗੁਰ ਤੋਤੇ ਆ ਜੀ। ਜਵਾਬ ਹਵਾਨੇ ਤੇ ਵੀ ਥੋੜਾ ਜਿਹਾ ਨਿਸ਼ਾਨ, ਸੂਤ ਨਿਸ਼ਾਨ, ਠੀਕ ਆ ਜੀ। ਆਹ ਦੇਖੋ ਲੰਮੀ ਤੋਰੀ ਆ ਜੀ, ਆਹ ਤੋਰ ਦੋ ਜੀ, ਗਾਂ ਲੰਮੀ ਤੋਰ ਦੋ। ਚੰਗੀ ਖਰੀ ਮੈਂ ਆ ਸੰਧੂ ਸਾਹਿਬ, ਚਲੋ ਆ ਜਿਹੜਾ ਸੂਸਵਾ ਦੇ ਵਿੱਚ ਆ। ਹਾਂਜੀ ਹਾਂਜੀ, ਚੰਗੀ ਵਜਨ ਨੂੰ ਰੜੀ ਆ, ਬੱਗੀ ਮੁੱਛ ਵੀ ਹੈਗੀ ਸੰਧੂ ਸਾਹਿਬ ਦੇਖੋ। ਹੈਗੀ 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 ਹੈ ਕਿ ਨਹੀਂ, ਬਿਲਕੁਲ ਠੋਡੀ ਆ ਤੇ ਮੁੱਛ ਵੀ ਹੈਗੀ। ਹਾਂਜੀ ਹਾਂਜੀ, ਅੱਧੀਆਂ ਕਿਆ ਨਿਸ਼ਾਨੀਆਂ ਆਪਾਂ ਲੱਭ ਲਈਏ ਤੇ ਅੱਧੀਆਂ ਆਪਣੇ ਵੀਰ ਲੱਭ ਲੈਣ। ਹਾਂਜੀ ਹਾਂਜੀ ਹਾਂਜੀ, ਠੀਕ ਆ। ਕੱਲ ਨੂੰ ਨੀਲੀ ਦਾ ਸੀਮਨ ਲੱਗਿਆ ਤਾਂ ਸੰਤੂ ਸਾਹਿਬ ਨੀਲੀ ਦਾ ਬੱਚਾ ਦੇ ਸਕਦੀ ਹੈ ਮੈਂ? ਦੇ ਸਕਦੇ ਜੀ, ਪਸ਼ੂ ਚੰਗੇ ਬੱਚੇ ਦੇ ਸਕਦੇ, ਕੋਈ ਆਪਦੀ ਓਵਰ ਵਾਈਟਨੈਸ ਨਹੀਂ ਨਾ ਹੈਗੀ। ਹਾਂਜੀ ਹਾਂਜੀ, ਆਪਦੀ ਕੋਈ ਵਧੇਰੇ ਨਜਾਇਜ਼ ਸਫੇਦੀ ਨਹੀਂ ਹੈਗੀ ਕਿ ਬੱਚੇ ਚੰਗੇ ਪਾ ਦੂਗੀ। ਬਾਕੀ ਦੋਸਤੋ ਇਹ ਵੀ ਸ਼ੌਂਕ ਆ, ਚਲੋ ਕਈਆਂ ਵੀਰਾਂ ਦਾ ਹੁੰਦਾ ਵੀ ਚੰਗਾ ਸੀਮਨ ਯੂਜ਼ ਕਰਕੇ ਚੰਗੇ ਬੱਚੇ ਆਉਣ, ਠੀਕ ਆ। ਤਾਂ ਸੰਦੀਪ ਇਹ ਦੇ ਦਾਂਗੇ ਆਪਾਂ ਵੀਰ, ਕਿੰਨੇ ਦੀ ਪੈਸੇ? ਸੰਤੂ ਸਾਹਿਬ ਮਹੀਂ ਤਾਂ ਬਹੁਤ ਜ਼ਿਆਦਾ ਚੰਗੀ ਆ। ਆ ਚੰਗੀ ਆ ਜੀ, ਡਿਮਾਂਡ ਤੇ ਕਰੀਏ ਕਰ ਨੂੰ, ਭਾਵੇਂ 1-5 ਕਰ ਲਈਏ, ਲੱਖ ਕਰ ਲਈਏ, ਆਪਾਂ ਮੇਰੇ ਕੋਲ ਜਾਇਜ਼ ਹੀ ਲਈ, ਜਾਇਜ਼ ਦੇ ਦੇਣੀ। ਮੁੱਲ 85,000 ਰੁਪਇਆ, 80,000 ਦੀ ਦੇ ਦਈਏ ਜੀ। 80,000 ਦੀ? ਹਾਂਜੀ ਦੇ ਦਿਓ, 80,000 ਦੀ ਦੇ ਦਿਓ। ਬਾਕੀ ਜੇ ਹੋਰ ਵੀ ਚਲੋ ਜਲ ਪਾਣੀ ਤੁਸੀਂ ਲੈਣਾ, ਹੋਰ ਵੀ ਹੁੰਦੀ ਹੈ ਛੋਟ, ਹੋਰ ਵੀ ਕਰ ਦਈਏ। 76,000 ਦੀ ਦੇ ਦਾਂਗੇ ਸੰਦਾ। 76 ਦੀ? ਹਾਂਜੀ। ਲਓ ਜੀ, ਉਹ ਚੋਂ ਮਾਨਤਾਨ ਕਰ ਦਾਂਗੇ, 75 ਦੀ ਦੇ ਦਾਂਗੇ, ਖੋਜ ਹੀ ਆਉਣਾ। ਬਸ ਖੋਜ ਹੀ ਖੋਜਾਂਗੇ। ਹਾਂਜੀ ਆਪਾਂ ਭਾਣਾ ਲਈ ਤੇ ਆਪਾਂ ਭਾਣਾ ਜਾਣਗੇ, ਬਾਕੀ ਬਾਹਰੋਂ ਨਹੀਂ ਮਿਲਣੀ 75 ਦੀ ਕਦੋਂ। ਬਿਲਕੁਲ ਜੀ ਬਿਲਕੁਲ, ਠੀਕ ਆ। ਬਸ ਲੈ ਵੀ ਸੰਦੀਪੇ ਵੀਰ, ਇਹ ਨਗਨੇ ਅੱਜ ਆਪਣੇ ਕੋਲ 4। ਹਾਂਜੀ ਸੰਦ ਸਾਹਿਬ ਜੀ, ਤੇ ਇੱਕ ਨੰਬਰ ਆਪਣੇ ਕਰ ਦਈਏ 83,370 ਜੀ, 38,939, ਇੱਕ ਗਈ 98,141 ਜੀ, 38,939 ਜੀ। ਠੀਕ ਆ ਭਾਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਲਓ ਵੀ ਦੋਸਤੋ, ਇਹ ਸਨ ਵੀਰ ਸੰਦੀਪ ਪਿੰਡ ਸੁਰ ਸਿੰਘ ਤੋਂ, ਅੱਜ ਨਗ ਜਿਹੜੇ ਟੋਟਲ 4 ਤੁਹਾਨੂੰ ਦਿਖਾਤੇ ਆ, ਠੀਕ ਆ ਜੀ। ਤੇ ਮੱਝ ਬੜੀ ਖੂਬਸੂਰਤ ਦਿਖਾਈ ਆ, ਬਿਲਕੁਲ ਪੂਰੀ ਮੱਝ ਆ, ਮਗਰ ਕੱਟਾ ਪੂਰਾ। ਸੋ ਪਸੰਦ ਆਏ ਹੋਣਗੇ, ਬਾਕੀ ਰੇਟ ਪੜਤਾ ਬੜਾ ਮਿੱਠਾ, ਬਿਲਕੁਲ ਜਿਹੜਾ ਸ਼ਹਿਦ ਵਰਗਾ ਮਿੱਠਾ ਰੇਟ ਕੀਤਾ ਸੰਦੀਪ ਸਿੰਘ ਨੇ। ਤੇ ਬਾਕੀ ਇੱਥੇ ਆਣ ਕੇ ਆਪਣੀ ਵਿਜਿਟ ਕਰਕੇ ਤੁਸੀਂ ਤਸੱਲੀ ਕਰ ਲਿਓ, ਜਿਹੜੀ ਵੈਟ ਆਪਾਂ ਤੁਹਾਨੂੰ ਦਿਖਾਈ ਆ ਗੱਬਣ ਨਾਲੇ ਮੋਟੇ ਮੋਟੇ ਕਰਦੀ ਹੈ, ਇਹਨੇ ਸੂ ਪੈਣਾ ਹੁਣੇ। ਸੰਦੂ ਸਾਹਿਬ ਤਿਆਰੀ ਜਾਂ ਘੰਟੇ ਡੇਢ ਘੰਟੇ ਤੱਕ ਸ਼ਾਇਦ ਮਹਾਰਾਜ ਦੀ ਕਿਰਪਾ, ਤੁਸੀਂ ਡਿਟੇਲ ਵੇਰਵਾ ਲੈ ਲਿਓ ਵੀਰ ਸੰਦੀਪ ਤੋਂ, ਜੇ ਸੂ ਪੋਗੇ ਤਾਂ ਆਪਾਂ ਅਗਲੇ ਨੂੰ ਦੱਸ ਦਾਂਗੇ ਵੀਰ ਜੀ ਸੂ ਕੀ ਜੀ। ਸੋ ਬੱਚੀ ਦਿੱਤੀ ਕਿ ਬੱਚਾ ਦਿੱਤਾ, ਠੀਕ ਆ ਜੀ। ਤੇ ਬਾਕੀ ਮੇਰੇ ਵੀਰੇ ਪੂਰੀ ਤਿਆਰੀ ਤੇ ਆ, ਇਹਦਾ ਵੇਰਵਾ ਤੁਸੀਂ ਲੈ ਲਿਓ, ਠੀਕ ਆ ਜੀ। ਅਪਲੋਡਿੰਗ ਤੋਂ ਬਾਅਦ ਦੀ ਗੱਲ ਕਰਦੇ ਪਏ ਆ, ਸੂ ਪੂਗੀ ਕਰਮਾਂ ਲਈ, ਠੀਕ ਆ। ਇਹ ਅੱਜ ਨਾਗ ਨੇ ਤੇ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ। ਸੋ ਸੰਦੀਪ ਵੀਰ ਵਪਾਰ ਦਾ ਕੰਮ ਆ, ਭੁੱਲਰ ਡੇਅਰੀ ਫਾਰਮਾ ਵੀਰ ਦਾ, ਸੁਰ ਸਿੰਘ ਤੋਂ ਪਿੰਡ ਜਿਹੜੀ ਦੋਸਤੋ ਭੁੱਚਰ ਨੂੰ ਛੜਕ ਜਾਂਦੀ ਆ, ਇਸੇ ਸੜਕ ਦੇ ਉੱਪਰ ਘਰ ਆ। ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸੋ ਨਾਲ ਦੀ ਨਾਲ ਇੱਕ ਇਹ ਵੀ ਗੱਲ ਦੋਸਤੋ, ਰੈਸ਼ ਦਾ ਵੀਰ ਵੀਰ ਆਉਂਦਾ ਤੇ ਕਮਰਾ ਰੂਮ ਜਿਹੜਾ ਰੈਸ਼ ਦਾ ਵੀ ਪ੍ਰਬੰਧ ਆ, ਕੋਈ ਵੀਰ ਇੱਕ ਜਣਾ ਦੋ ਜਣਾ ਚਾਰ ਜਣੇ ਆ ਕੇ ਰਹਿਣਾ ਚਾਹੁੰਦੇ ਆ, ਕੋਈ ਸੁਬਹਾ ਸ਼ਾਮ ਦੀ ਕੋਈ ਚਵਾਈ ਕਰਕੇ ਤਸੱਲੀ ਕਰਨੀ ਚਾਹੁੰਦੇ ਆ, ਰਹਿਣ ਸਹਿਣ ਦੀ ਪੂਰੀ ਫੈਸਿਲਿਟੀ ਆ, ਠੀਕ ਆ ਜੀ।
ਤੇ ਸਿਆਲ ਦੇ ਵਿੱਚ ਹੀਟਰ ਲੱਗ ਜਾਂਦਾ ਤੇ ਗਰਮੀਆਂ ਦੇ ਵਿੱਚ ਇੱਥੇ ਏਸੀ ਤੇ ਕੂਲਰ ਦੀ ਜਿਹੜੀ ਉਹ ਵੀ ਸਹੂਲਤ ਮੌਜੂਦ ਆ। ਮਿਹਰਬਾਨੀ ਜੀ।